ਆਹ ਤਾਂ ਬਟਨ ਹੀ ਦਬਾਇਆ ਨਾ ਪਿਛਕਾਲਾ ਦਬਾਇਆ ਸੋ ਇਹੀ ਦਬਾਇਆ ਯਾਰਾ ਆਹ ਤਾਂ ਕੋਈ ਨਾ ਮੰਦਾਰ ਜੀ ਦੱਸੋ ਕੀ ਮਤਲਬ ਫੀਲ ਕਰ ਰਹੇ ਹੋ ਫਿਲਹਾਲ ਤੁਸੀਂ ਸਾਹਿਬ ਦੀ ਪਹਾੜਾਂ ਵਿੱਚ ਆਏ ਹੋਏ ਜਨਾਬ ਅੱਛਾ ਜਿਹੜੀ ਠੰਡ ਮਹਿਸੂਸ ਕਰ ਰਹੇ ਹਾਂ ਦੇਖੋ ਬਾਦਲ ਕਿਸ ਤਰ੍ਹਾਂ ਅੱਗੇ ਪਿੱਛੇ ਜਾ ਰਹੇ ਹੋ ਇਹ ਵੀ ਮਾਇਆ ਕੰਮਾਂ 'ਤੇ ਜਾ ਰਹੇ ਹੋ ਸਵੇਲਾ ਸਵੇਲਾ ਡਿਊਟੀ ਡਿਊਟੀ ਦੇਖੋ ਜਨਾਬ ਇਹ ਪਤਾ ਚੱਲਦਾ ਕਿ ਬੜੀ ਦੇ ਨਜ਼ਾਰੇ ਕਰ ਰਹੇ ਹੋ ਨਾ ਸਾਹਿਬ ਨੂੰ ਨਾ ਸਾਹਿਬ ਅੱਗੇ ਵੀਡੀਓ ਦੀ ਮਾਂ ਪੈਨਿਕ ਕਰ ਦਿੱਤੀ ਹੈ ਬੜੀ ਕਮੈਂਡਿਟਰੀ ਕੀਤੀ ਸੀ ਮੈਂ ਪਹਿਲੇ ਵੀ ਲੇਕਿਨ ਨਾ ਸਾਹਿਬ ਜੋ ਹੈ ਨਾ ਸਾਰਾ ਕੰਮ ਖਰਾਬ ਕਰ ਦਿੱਤਾ ਆਓ ਜੀ ਹੁਣ ਤੁਸੀਂ ਮੈਦਾਨ ਵਿੱਚ ਖੂਬਸੂਰਤ ਪੌਦੇ ਮੌਸਮ ਵਿੱਚ ਆਉਂਦੀ ਹਾਂ ਜੀ ਬਟ ਜੀ ਸੁਣਾਓ ਥੋੜ੍ਹਾ ਪਰੇ ਗਲੋ ਅੱਗੇ ਲੱਗਾ ਕੈਮਰੇ ਨਹੀਂ ਸਰਕਾਰ ਗੱਲ ਕਰਦੇ ਹੋ ਬਸ ਨਹੀਂ ਇਹ ਕਿਹਾ ਜੀ ਆਏ ਸਾਨੂੰ ਉਮਰਾ ਕਰਨ ਵਾਸਤੇ ਮੈਂ ਮਿਕਾਤ ਹੈ ਤਾਇਫ ਵਾਲਾ ਸੈਲ ਸਗੀਰ ਵਾਲਾ ਐਜ਼ ਅ ਫਾਰੋ ਦਾ ਬੰਦੇ ਤੱਕ ਹਮ ਵਿਊ ਇਸਕੀ ਵੀ ਮਤਲਬ ਫਿਰਨੇ ਫਿਰਨੇ ਭੁੱਲੇ ਭੁੱਲੇ ਇੱਥਾ ਆ ਗਏ ਸਹੀ ਹੈ ਲੇਕਿਨ ਅੱਛਾ ਮਹਿਸੂਸ ਹੋ ਰਿਹਾ ਕਾਫੀ ਠੰਡ ਹੈ ਇੱਥੇ ਸਰਦੀ ਹੈ ਇਲਾਕਾ ਕਾਫੀ ਖੂਬਸੂਰਤ ਹੈ ਅਸਾਂ ਦਸੰਬਰ ਹੀ ਹੈ ਪਾਕਿਸਤਾਨ ਦਾ ਬਿਲਕੁਲ ਕੋਈ ਸ਼ੱਕ ਨਹੀਂ ਜਨਾਬ ਹਾਂ ਅਗਰ ਹੋਰ ਅੱਗੇ ਬੰਦਾ ਜਾਏ ਤਾਂ ਇਸ ਤੋਂ ਜ਼ਿਆਦਾ ਖੂਬਸੂਰਤ ਵਿਊ ਹੋ ਸਕਦਾ ਮਜ਼ੀਦ ਵੀਡੀਓ ਬਣਾ ਸਾ ਇਨਸ਼ਾ ਅੱਲਾ ਹਾਂ ਬਾਕੀ ਤੁਸੀਂ ਇਸ ਵੀਡੀਓ ਵੀ ਇੰਜੋਏ ਕਰੋ ਤੇ ਸਾਡਾ ਪੇਜ ਲਾਈਕ ਕਰਿਓ ਸਾਡਾ ਪੇਜ ਹੀ ਲਾਈਕ ਕਰੋ ਸਭ ਤੋਂ ਪਹਿਲੇ ਸਬਸਕ੍ਰਾਈਬ ਕਰੋ ਘੰਟੀ ਦਾ ਬਟਨ ਲਾਜ਼ਮੀ ਦਬਾਉਣਾ ਹਾਂ ਚਲੋ ਠੀਕ ਹੈ ਜੀ ਸਹੀ ਹੈ ਬਸ ਜੀ ਓਕੇ ਜੀ ਅੱਲਾ ਹਾਫਿਜ਼